ਖਬਰ ਲੈਣ ਲਈ ਸ਼੍ਰੀ ਮੁਖਤਸਰ ਸਾਹਿਬ ਤੋਂ ਇਸ ਐਪੀਸੋਡ ਦੇ ਵਿੱਚ ਤੁਸੀਂ ਦਰਸ਼ਨ ਕਰ ਸਕੋਗੇ ਇਤਿਹਾਸਿਕ ਗੁਰੂ ਘਰਾਂ ਦੇ ਤੇ ਜਾਣ ਸਕੋਗੇ ਉਹਨਾਂ ਦਾ ਇਤਿਹਾਸ ਫਿਰ ਜਾਣੋ ਗੁਰਦੁਆਰਾ ਟੀਬੀ ਸਾਹਿਬ ਰਕਾਬ ਸਰਸਾ ਸਾਹਿਬ ਬਾਤਨ ਸਰ ਸਾਹਿਬ ਦਾ ਇਤਿਹਾਸ ਟਿੱਕਰੋ ਇਸ ਵੀਡੀਓ ਦੇ ਵਿੱਚ ਦਰਸ਼ਨ ਇਸ ਪੂਰੀ ਖਬਰ ਨੂੰ ਕਵਰ ਕੀਤਾ ਹੈ ਈਵਨ ਪੰਜਾਬੀ ਚੈਨਲ ਦੇ ਸ਼੍ਰੀ ਮੁਖਤਰ ਸਾਹਿਬ ਤੋਂ ਪੱਤਰਕਾਰ ਬੂਟਾ ਸਿੰਘ ਨੇ ਮਾਰੂ ਨਜ਼ਰ ਪਹੁੰਚੇ ਹਾਂ ਜਿਲ੍ਹਾ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਜੀ ਦੇ ਦਰਸ਼ਨ ਕਰਾਏ ਸਨ ਤੇ ਨਾਲ ਹੀ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਇਆ ਸੀ ਤਾਂ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਦੇ ਵਿੱਚ ਅੱਜ ਤੁਹਾਨੂੰ ਗੁਰਦੁਆਰਾ ਟਿੱਬੀ ਸਾਹਿਬ ਦਾਤਨਸਰ ਸਾਹਿਬ ਤੇ ਰਕਾਬਸਰ ਸਾਹਿਬ ਜੀ ਦੇ ਦਰਸ਼ਨ ਵੀ ਕਰਾਵਾਂਗੇ ਤੇ ਨਾਲ-ਨਾਲ ਤੁਹਾਨੂੰ ਇਤਿਹਾਸ ਬਾਰੇ ਜਾਣੂ ਵੀ ਕਰਾਵਾਂਗੇ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਮੁਸਲਮਾਨ ਦੀ ਕਬਰ ਵੀ ਬਣੀ ਹੋਈ ਆ ਜਿਸ ਦਾ ਨਾਂ ਸੀ ਨੋਵਤਿੰਨ ਸ਼ਾਹ ਜਦ ਗੁਰੂ ਗੋਬੀ ਸਿੰਘ ਜੀ ਤੇ ਉਹਨਾਂ ਨੇ ਹਮਲਾ ਕੀਤਾ ਸੀ ਪਿੱਛੋਂ ਦੀ ਆ ਕੇ ਤਾਂ ਉਹਨਾਂ ਨੂੰ ਉੱਥੇ ਹੀ ਢੇਰ ਕਰ ਦਿੱਤਾ ਸੀ ਆ ਗੁਰੂ ਸਾਹਿਬ ਵੱਲੋਂ ਉਹ ਕਬਰ ਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਪਹਿਲਾਂ ਗੁਰਦੁਆਰਾ ਟੀਬੀ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਪਾਵਨ ਪਵਿੱਤਰ ਅਸਥਾਨ ਜੋ ਅਸਰੇ ਆਪ ਇਸ ਪਾਵਨ ਅਸਥਾਨ ਤੇ ਆਪਾਂ ਸਜੇ ਹਾਂ ਭਾਈ ਦਾਨ ਸਿੰਘ ਦੀ ਸਲਾਹ ਤੇ ਇਸ ਉੱਚੇ ਟਿੱਬੇ ਤੇ ਭਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹੁੰਚੇ ਅਤੇ ਇਸ ਉੱਚੇ ਟਿੱਬੇ ਤੋਂ ਖਰਦਾਨਾਂ ਦੀ ਕਹਾਵਤ ਤੇ ਸਤਿਗੁਰੂ ਜੀ ਨੇ ਜੰਗ ਕੀਤਾ ਜੋ ਔਰੰਗ ਦੇਵ ਜੀਰ ਖਾਂ ਫੌਜਾਂ ਲੈ ਕੇ ਆਇਆ ਸੀ ਇਸ ਸਥਾਨ ਤੋਂ ਤੀਰਾਂ ਦੇ ਨਾਲ ਭਾਨਗੁਰ ਗੋਬਿੰਦ ਸਿੰਘ ਸਾਹਿਬ ਜੀਆ ਨੇ ਜੰਗ ਕੀਤਾ 14ਵੀਂ ਜੰਗ ਇਸ ਪਾਵਨ ਅਸਥਾਨਾਂ ਤੇ ਸਤਿਗੁਰਾਂ ਨੇ ਔਰੰਗ ਦੇਵ ਦੇ ਨਾਲ ਕਰਕੇ ਆਪਣੀ ਜਿੱਤ ਹਾਸਲ ਕੀਤੀ ਸੋ ਇਸ ਤੋਂ ਚਾਲੇ ਪਾਉਣ ਲੱਗੇ ਆ ਇਸ ਮਹਾਨ ਪਾਵਨ ਸਥਾਨ ਜੋ ਸਾਹਮਣੇ ਰਕਾਬਸਰ ਹੈ ਗੁਰੂ ਸਾਹਿਬ ਜੀ ਘੋੜੇ ਦੀ ਸਵਾਰੀ ਕਰਨ ਲੱਗੇ ਜਦੋਂ ਸਵਾਰੀ ਕਰਨ ਲੱਗੇ ਅਚਾਨਕ ਜਦੋਂ ਰਕਾਬ ਬੰਦ ਹੋਣ ਲੱਗੇ ਤਾਂ ਘੋੜੇ ਦੀ ਰਕਾਬ ਜਿਹੜੀ ਅਚਾਨਕ ਉਹ ਟੁੱਟ ਗਈ ਅਤੇ ਉਹ ਅੱਜ ਰਕਾਬ ਗੁਰਦਾਰ ਕਾਫਸਰ ਸਾਹਿਬ ਵਿਖੇ ਸਜੋਬਤ ਹੈ ਜੋ ਆਉਣ ਵਾਲੀਆਂ ਸੰਗਤਾਂ ਦਰਸ਼ਨ ਕਰਕੇ ਜਾਂਦੀਆਂ ਹਨ ਗੁਰੂ ਸਾਹਿਬ ਜੀ ਖਦਰਾਣੀ ਦੀ ਢਾਬ ਜਿੱਥੇ ਅੱਜਕੱਲ ਗੁਰਦਰਾ ਟੁੱਟੀ ਗੰਢੀ ਸਾਹਿਬ ਸੁਭਾਏਮਾਨ ਹੈ ਉੱਥੇ ਪਹੁੰਚਦੇ ਨੇ ਸਿੰਘਾਂ ਨੂੰ ਵਾਰ ਬਖਸ਼ਿਸ਼ ਕਰਦੇ ਨੇ 10000 5000 20000 ਅਤੇ ਪਹੁੰਚ ਕੇ ਆਪਣਾ ਉਹ ਉੱਥੇ 40 ਸਿੰਘਾਂ ਦੇ ਸੰਸਕਾਰ ਜਿੱਥੇ ਅਜ ਗੁਰਦੁਆਰਾ ਸਾਹਿਬ ਅਸ਼ੀਖਿਤ ਗੰਜ ਅੰਮ੍ਰਿਤਸਰ ਸਾਹਿਬ ਹੈ 40 ਸਿੰਘਾਂ ਦੇ ਸੰਸਕਾਰ ਅੰਤਮ ਸੰਸਕਾਰ ਕਰਨ ਉਪਰੰਤ ਇਸ ਪਾਵਨ ਅਸਥਾਨ ਤੇ ਸੰਧਿਆ ਦੇ ਸਮੇਂ ਪਹੁੰਚ ਕਰਦੇ ਨੇ ਸੰਧਿਆ ਸਮੇਂ ਸੋਹਾਰਦਾਰ ਸਾਹਿਬ ਜੀ ਦੇ ਜਾਪ ਕੀਰਤਨ ਮਹਾਰਾਜੀਆਂ ਨੇ ਆਪਣੇ ਮੁਖਰਬਿੰਨ ਤੋਂ ਉਚਾਰਨ ਕੀਤੇ ਰੈਣ ਬਸੇਰਾ ਇੱਥੇ ਕੀਤਾ ਅਮਰਤ ਵੇਲੇ ਜਦੋਂ ਜਲਕੁਰਲਾ ਕਰਦੇ ਹੋਏ ਜੋ ਪਿੱਛੇ ਗੁਰਦੁਆਰਾ ਦਾਤਨਸਰ ਸੁਭਾਏਮਾਨ ਹੈ ਗੁਰੂ ਗੋਬਿੰਦ ਸਿੰਘ ਜੀ ਦਾਤਨ ਕੁਰਲਾ ਕਰਦੇ ਹੋਏ ਦਾਰ ਹੈ ਸਨ ਰਸਤੇ ਵਿੱਚ ਜਦੋਂ ਮੁਗਲ ਨੂਰਦੀਨ ਨੇ ਗੁਰੂ ਸਾਹਿਬ ਤੇ ਆਪਣਾ ਮੌਕਾ ਤਾਰਦੇ ਹੋਏ ਵਰ ਕੀਤਾਾਰ ਕੀਤਾ ਜੋ ਵੀ ਉਸ ਸਮੇਂ ਉਸ ਕੋਲ ਸਿਆਰ ਸੀ ਸੋ ਗੁਰੂ ਸਾਹਿਬ ਨੇ ਜੜ ਵਾਲਾ ਜਲ ਵਾਲਾ ਗੜਵਾ ਉਸ ਨੂਰਦੀਨ ਮੁਸਲਮਾਨ ਦੇ ਸਿਰ ਦੇ ਵਿੱਚ ਬਖਸ਼ਿਸ਼ ਕੀਤਾ ਉਸੇ ਹੀ ਜਿਹੜਾ ਨੂਰਦੀਨ ਮੁਸਲਮਾਨ ਸੀ ਉਹ ਚਿਤ ਹੋ ਗਿਆ ਅਤੇ ਉਥੇ ਗੁਰਦੁਆਰਾ ਦਾਤਨਸਰ ਸੁਭਾਏਮਾਨ ਹੈ ਸੁਨਾਲੀ ਨੂਰਦੀਨ ਮੁਸਲਮਾਨ ਦੀ ਉੱਥੇ ਕਬਰ ਬਾਣੀ ਆਉਣ ਜਾਣ ਵਾਲੀਆਂ ਸੰਗਤਾਂ ਉਸ ਕਬਰ ਦੇ ਉੱਤੇ ਛਤਰਾਂ ਦੇ ਨਾਲ ਪੰਜ-ਪੰਜ ਝੁੱਟੀਆਂ ਮਾਰ ਕੇ ਸਾਰੀਆਂ ਸੰਗਤਾਂ ਜਾਂਦੀਆਂ ਹਨ ਸੋ ਆਹ ਗੁਰੂ ਜੀ ਦਾ ਖਾਲਸਾ ਆਹ ਗੁਰੂ ਜੀ ਦੀ ਫਤਿਹ ਦਾਤਨ ਸਰ ਸਾਹਿਬ ਗੁਰਦੁਆਰਾ ਜੀ ਦੇ ਬਿਲਕੁਲ ਚੜ੍ਹਦੇ ਵਾਲੇ ਪਾਸੇ ਖੜੇ ਆ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਜੋ ਨੂਰਦੀਨ ਮੁਸਲਮਾਨ ਹੈ ਉਸ ਦੀ ਇੱਥੇ ਕਬਰ ਹੈ ਤਾਂ ਇਹ ਤੁਹਾਨੂੰ ਇਤਿਹਾਸ ਦੱਈਏ ਕਿ ਜਦੋਂ ਗੁਰੂ ਸਾਹਿਬ ਦਾਤਨਕੁਰਲਾ ਕਰ ਰਹੇ ਸਨ ਤਾਂ ਉਸ ਟਾਈਮ ਪਿੱਠ ਪਿੱਛੇ ਵਾਰ ਕੀਤਾ ਗਿਆ ਸੀ ਨੂਰਦੀਨ ਵੱਲੋਂ ਤਾਂ ਗੁਰੂ ਸਾਹਿਬ ਜੀ ਨੇ ਸਰਬਲੋਹ ਦੇ ਗੜਵੇ ਨਾਲ ਉੱਥੇ ਇਸ ਮੁਸਲਮਾਨ ਢੇਰ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਇੱਥੇ ਤੁਹਾਨੂੰ ਇਤਿਹਾਸ ਵੀ ਦਿਖਾ ਦਿੰਨੇ ਆ ਮੈਂ ਤਸਵੀਰਾਂ ਕਹੂੰਗਾ ਦਿਖਾ ਦਿੰਦੇ ਆ ਕਿ ਇੱਥੇ ਜੋ ਵੀ ਪੰਜ ਛੱਤਰ ਮਾਰੇਗਾ ਉਸਦੀ ਯਾਤਰਾ ਸਫਲ ਹੋਵੇਗੀ ਤਾਂ ਜੋ ਦੂਰੋਂ ਦੂਰੋਂ ਸਰਦਾਲੂ ਚੱਲ ਕੇ ਆਉਂਦੇ ਨੇ ਤਾਂ ਕਬਰ ਦੇ ਉੱਤੇ ਪੰਜ ਛੱਤਰ ਜ਼ਰੂਰ ਮਾਰ ਕੇ ਜਾਂਦੇ ਦਸਕੋ ਹੋਰ ਵੀ ਸਟੋਰੀਆਂ ਤੇ ਦਰਸ਼ਨ ਤੁਹਾਨੂੰ ਗੁਰੂ ਸਾਹਿਬਾਂ ਦੇ ਕਰਵਾਉਂਦੇ ਰਾਵਾਂਗੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਫਿਰ ਕੋਈ ਨਵੀਂ ਸਟੋਰੀ ਕੋਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਜੱਜ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ